ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਵਿਸ਼ਾਲ ਤੁਸੀਂ ਦੇਖ ਰਹੇ ਹੋ ट्रैवल ਵਿਦ ਵਿਸ਼ਾਲ ਅੱਜ ਆਪਾਂ ਇਸ ਚੈਨਲ ਦੇ ਉੱਤੇ ਗੱਲ ਕਰਾਂਗੇ ਗ੍ਰੀਸ ਦੇ ਰਿਗਾਰਡਿੰਗ ਜਿਹੜਾ ਆਪਣੇ ਇੱਕ ਸੱਜਣ ਪਿਆਰੇ ਦਾ ਆਪਣੇ ਕਲਾਇੰਟ ਦਾ ਇੱਕ ਜਿਹੜਾ ਵੀਜ਼ਾ ਵਾ ਆਇਆ ਵਾ ਗ੍ਰੀਸ ਦਾ ਜਿਹੜੀ ਉਹਦੀ ਪ੍ਰੋਫਾਈਲ ਆ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਨਾਲ ਅਪਾਇੰਟਮੈਂਟ ਬਾਰੇ ਵੀ ਗੱਲਬਾਤ ਕਰਾਂਗਾ ਕਿਉਂਕਿ ਜਿਹੜੀ ਗ੍ਰੀਸ ਦੀ ਅਪਾਇੰਟਮੈਂਟ ਆ ਬੜੀ ਹੀ ਵੱਖਰੇ ਤਰੀਕੇ ਨਾਲ ਮਿਲਦੀ ਕਾਫੀ ਇਹਦੇ ਰਿਗਾਰਡਿੰਗ ਇਨਕੁਆਰੀਆਂ ਵੀ ਆ ਰਹੀਆਂ ਸੀਗੀਆਂ ਤੇ ਇਹ ਕਿਸ ਤਰ੍ਹਾਂ ਲਈ ਆ ਮੈਂ ਤੁਹਾਨੂੰ ਇਸ ਵਿਸ਼ੇ ਤੇ ਅੱਜ ਆਪਾਂ ਇੱਕ ਵੀਡੀਓ ਛੋਟੀ ਜੀ ਬਣਾ ਰਹੇ ਹਾਂ ਵੀ ਜਿਹੜੇ ਜਿਹੜੇ ਮੇਰੇ ਵੀਰ ਪ੍ਰਾ ਅਪਾਇੰਟਮੈਂਟ ਚਾਹੀਦੀ ਆ ਉਹਨਾਂ ਨੂੰ ਸੌਖਾ ਹੋ ਜਵੇ ਤੇ ਨਾਲ ਹੀ ਦੱਸਾਂਗੇ ਵੀਜ਼ਾ ਜਿਹੜਾ ਆਪਾਇਆ ਕਿਸ ਤਰ੍ਹਾਂ ਆਇਆ ਵਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਪਾਇੰਟਮੈਂਟ ਦੀ ਅਪਾਇੰਟਮੈਂਟ ਦੇ ਜਿਹੜੇ ਸਲੋਟ ਆ ਓਪਨ ਨਹੀਂ ਹੋ ਰਹੇ ਠੀਕ ਆ ਇਹਨਾਂ ਨੇ ਥੋੜਾ ਜਿਹਾ ਸਿਸਟਮ ਚੇਂਜ ਕੀਤਾ ਵਾ ਅਪਾਇੰਟਮੈਂਟ ਜੇ ਤੁਸੀਂ ਕਿਸੇ ਵੀ ਵੀਜ਼ੇ ਦੀ ਰਿਗਾਰਡਿੰਗ ਚਾਹੀਦੀ ਆ ਤੁਹਾਡੀ ਵਰਕ ਕੈਟਾਗਰੀ ਡੀ ਚਾਹੀਦੀ ਆ ਕੋਈ ਟੂਰਿਸਟ ਕੈਟਾਗਰੀ ਸੀ ਆ ਜਾਂ ਕੋਈ ਫੈਮਿਲੀ ਰੀਯੂਨਿਨ ਤੁਹਾਡੇ ਵੀਜ਼ੇ ਹੈਗੇ ਨਾ ਤਾਂ ਤੁਸੀਂ ਇਹਦੀ ਅਪਾਇੰਟਮੈਂਟ ਆਨਲਾਈਨ ਉਹਨਾਂ ਨੂੰ ਸਬਮਿਸ਼ਨ ਕਰਵਾ ਕੇ ਜਿਹੜੀ ਅਪਾਇੰਟਮੈਂਟ ਆ ਲੈ ਸਕਦੇ ਆ ਜਿਹੜੀ ਅਪਾਇੰਟਮੈਂਟ ਲੈਣੀ ਕਿਦਾਂ ਵਾ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਨੂੰ ਪਰਸਨਲੀ ਈਮੇਲ ਕਰਨੀ ਆ ਉਹਦੇ ਵਿੱਚ ਆਪਣਾ ਨਾਮ ਫਾਦਰ ਨੇਮ ਪਾਸਪੋਰਟ ਨੰਬਰ ਐਡਰੈਸ ਤੇ ਉਹਦੇ ਵਿੱਚ ਤੁਹਾਨੂੰ ਕਿਹੜੀ ਡੇਟ ਚਾਹੀਦੀ ਹੈ ਤੁਸੀਂ ਉਹਨਾਂ ਨੂੰ ਈਮੇਲ ਕਰ ਦੇਣੀ ਹੈਗੀ ਆ ਇੰਨੀ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਵਾ ਸੋਮਵਾਰ ਤੇ ਬੁੱਧਵਾਰ ਇਹ ਵੀਕ ਦੇ ਵਿੱਚ ਦੋ ਦਿਨ ਜਿਹੜੀ ਇਹ ਐਮਬੈਸੀ ਕੰਮ ਕਰਦੀ ਆ ਠੀਕ ਆ ਤੇ ਤੁਸੀਂ ਇਸ ਇਸ ਜਿਹੜੇ ਜਦੋਂ ਮੇਲ ਪਾਓਗੇ ਤੁਸੀਂ ਸੋਮਵਾਰ ਤੇ ਬੁੱਧਵਾਰ ਦਾ ਜਿਹੜਾ ਵਾ ਦੇਣਾ ਉਹਨਾਂ ਨੂੰ ਮਤਲਬ ਕਹਿਣਾ ਵੀ ਸਾਨੂੰ ਸੋਮਵਾਰ ਜਾਂ ਬੁੱਧਵਾਰ ਜਿਹੜੀ ਡੇਟ ਦੀ ਮਤਲਬ ਓਪਨ ਹੈਗੀ ਆ ਤੁਸੀਂ ਉਹਨਾਂ ਨੂੰ ਉਹ ਕਹਿਣਾ ਵੀ ਸਾਨੂੰ ਡੇਟ ਦਿੱਤੀ ਜਾਵੇ ਠੀਕ ਆ ਏਸੀ ਕੀ ਓਪਨ ਆ ਸੌਰੀ ਅਪਾਇੰਟਮੈਂਟ ਹੁਣ ਮੈਂ ਗੱਲ ਕਰਦਾ ਵਾਂ ਗ੍ਰੀਸ ਦੇ ਵੀਜ਼ੇ ਦੀ ਇੱਕ ਆਪਣੇ ਵੀਰ ਦਾ ਜਿਹੜਾ ਵੀਜ਼ਾ ਵਾ ਗ੍ਰੀਸ ਦਾ ਆਇਆ ਵਾ ਉਹ ਕਿੱਦਾਂ ਆਇਆ ਵਾ ਮੈਂ ਤੁਹਾਨੂੰ ਦੱਸਦਾ ਜਿਹੜਾ ਗ੍ਰੀਸ ਦਾ ਵੀਜ਼ਾ ਇਹ ਮੇਰੇ ਜਿਹੜਾ ਵੀਰ ਆ ਇਹਦੀ ਪ੍ਰੋਫਾਈਲ ਮੈਂ ਤੁਹਾਡਾ ਪਹਿਲਾਂ ਡਿਸਕਸ ਕਰਦਾ ਵਾਂ 28 ਸਾਲ ਦੀ ਉਮਰ ਆ ਇਹ ਸਿੰਗਲ ਆ ਠੀਕ ਆ ਤੇ ਇਹ 6 ਕੰਟਰੀਆਂ ਉਹਨਾਂ ਦਾ ਏਸ਼ੀਆ ਦੀਆਂ ਟਰੈਵਲ ਆ 6 ਕੰਟੀਨੈਂਟ ਟਰੈਵਲ ਆ ਤੇ ਇਸ ਪ੍ਰੋਫਾਈਲ ਦੇ ਵਿੱਚ ਇਹਨਾਂ ਨੇ 4 ਲੱਖ ਤੇ 70000 ਰੁਪਿਆ ਜਿਹੜਾ ਕੋਈ ਅਪਰੋਕਸੀਮੇਟਲੀ ਬੈਂਕ ਬੈਲੈਂਸ ਸੇਵਿੰਗ ਅਕਾਊਂਟ ਦਾ ਵਿੱਚ ਲਾਇਆ ਸੀਗਾ ਤੇ ਕਰੰਟ ਅਕਾਊਂਟ ਦਾ 23000 ਰੁਪਿਆ ਲਗਭਗ ਇਹਨਾਂ ਦੇ ਕੋਲ ਬੈਂਕ ਬੈਲੈਂਸ ਹੈਗਾ ਠੀਕ ਆ ਇਹ ਹੋ ਗਈ ਬੈਂਕ ਦੀ ਗੱਲ ਇੱਕ ਇਹਨਾਂ ਨੇ ਰਜਿਸਟ੍ਰੇਸ਼ਨ ਫਾਰਮ ਲਈ ਸੀ ਪੰਜਾਬ ਲੈਵਲ ਦੀ ਲੇਬਰ ਡਿਪਾਰਟਮੈਂਟ ਦੀ ਠੀਕ ਹੈ ਜੀ ਤੇ ਇੱਕ ਇਹਨਾਂ ਨੇ ਆਪਨਾ ਲਾਇਆ ਸੀਗਾ 2 ਸਾਲ ਦੀਆਂ ਆਈਟੀਆਰ ਲਾਈਆਂ ਸੀ ਇੱਕ ਇਹਨਾਂ ਦੀ ਆਈਟੀਆਰ ਸੀ ਕਿ ਲਗਭਗ 4,50,000 ਰੁਪਏ ਦੀ ਤੇ ਦੂਸਰੀ 4,95,000 ਰੁਪਏ ਦੀ ਦੋ ਆਈਟੀਆਰ ਲਾਈਆਂ ਸੀ ਅਸੀਂ ਠੀਕ ਹੈ ਤੇ ਇਹ ਮੁੰਡਾ ਜਿਹੜਾ ਆਪਣਾ 8ਵੇਂ ਮਹੀਨੇ ਰਿਫਿਊਜ਼ ਸੀਗਾ ਫਰਾਂਸ ਤੋਂ ਠੀਕ ਹੈ ਤੇ ਰਿਫਿਊਜ਼ ਹੋਣ ਤੋਂ ਬਾਅਦ ਇਹਨਾਂ ਨੇ ਇਹਨਾਂ ਦਾ YouTube ਭਾਈ ਮੇਰੇ ਇਦਾਂ ਵੀਰ ਦਾ ਕਿਸੇ ਨਾਲ ਮੇਰੇ ਨਾਲ ਕੰਟੈਕਟ ਹੋਇਆ ਤੇ ਇਹਨਾਂ ਨੇ ਕਿਹਾ ਭਾਜੀ ਆਪਾਂ ਅਪਲਾਈ ਕਰਨਾ ਵਾ ਹਜੇ ਨਵੇਂ-ਨਵੇਂ ਮੈਂ ਕਿਹਾ ਸਟਾਰਟ ਹੋਇਆ ਤੇ ਰਿਜ਼ਲਟ ਦੇਖ ਲਓ ਕਹਿੰਦਾ ਭਾਜੀ ਕੋਈ ਗੱਲ ਨਹੀਂ ਤੁਸੀਂ ਅਪਲਾਈ ਕਰੋ ਜੋ ਵੀ ਰਿਜ਼ਲਟ ਹੋ ਕੋਈ ਪ੍ਰੋਬਲਮ ਨਹੀਂ ਆ ਤੇ ਅਸੀਂ ਅਪਲਾਈ ਕੀਤਾ ਵਾ ਸਾਨੂੰ ਪਹਿਲੀ ਸਕਸੈਸ ਪਹਿਲਾ ਵੀਜ਼ਾ ਸੀਗਾ ਪਹਿਲੀ ਸਕਸੈਸ ਮਿਲ ਗਈ ਆ ਤੇ ਆ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਵੀਜ਼ਾ ਦੇਖ ਰਹੇ ਹੋ ਇਹ ਸਾਡੇ ਵੀਰ ਦਾ ਗ੍ਰਾਂਟ ਹੋਇਆ ਵਾ 1 ਮਹੀਨੇ ਦਾ ਵੀਜ਼ਾ ਮਲਟੀਪਲ ਐਂਟਰੀ ਦੇ ਨਾਲ ਗ੍ਰਾਂਟ ਹੋਇਆ ਵਾ ਸੀ 10 ਦਿਨਾਂ ਦਾ ਟ੍ਰੈਵਲ ਪਲਾਨ ਪਾਇਆ ਸੀਗਾ ਤੁਸੀਂ ਸਕਰੀਨ ਦੇ ਉੱਤੇ ਵੀਜ਼ਾ ਦੇਖ ਰਹੇ ਹੋ ਠੀਕ ਹੈ ਜੀ ਤੇ ਇਹ ਸੀਗੀ ਵੀਜ਼ੇ ਸੰਬੰਧੀ ਜਾਣਕਾਰੀ ਅਪਾਇੰਟਮੈਂਟ ਬਾਰੇ ਮੈਂ ਤੁਹਾਨੂੰ ਦੱਸਿਆ ਬਾਕੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹ ਸੀਗੀ ਇੱਕ ਵੀਜ਼ੇ ਤੇ ਅਪਾਇੰਟਮੈਂਟ ਦੇ ਸੰਬੰਧੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਆ ਕਰੋ ਤਾਂ ਕਿ ਨਵੇਂ ਆਉਣ ਵਾਲੇ ਨੋਟੀਫਿਕੇਸ਼ਨ ਜਿਹੜੇ ਆ ਤੁਹਾਨੂੰ ਮਿਲ ਸਕਣ ਤੇ ਬਾਕੀ ਜੇ ਤੁਹਾਡੀ ਵੀ ਕੋਈ ਵੀ ਅਪਾਇੰਟਮੈਂਟ ਸੰਬੰਧੀ ਜਾਂ ਵੀਜ਼ਾ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਤੁਸੀਂ ਆ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੁਇਰੀ ਹੋਵੇ ਤੁਸੀਂ ਮੈਨੂੰ ਪਰਸਨਲੀ ਮੇਲ ਕਰ ਸਕਦੇ ਹੋ WhatsApp ਚੱਲਦਾ WhatsApp ਤੇ ਮੈਸੇਜ ਕਰ ਸਕਦੇ ਹੋ ਬਾਕਾਇਦਾ ਤੁਹਾਨੂੰ ਰਿਪਲਾਈ ਕੀਤਾ ਜਾਊਗਾ ਠੀਕ ਹੈ ਜੀ ਇਹਨਾਂ ਕਹਿੰਦਾ ਤੁਹਾਡੇ ਤੋਂ ਮੈਂ ਇਜਾਜ਼ਤ ਲੈਣਾ ਤੁਹਾਡਾ ਆਪਣਾ ਵਿਸ਼ਾ